ਤੁਸੀਂ ਵੇਖ ਰਹੇ ਹੋ ਜੀਤ ਵੈੱਬ ਟੀਵੀ ਤੇ ਮੈਂ ਹਾਂ ਗੁਰੂ ਹਰਸਾਹਿਬ ਤੋਂ ਹਰਚਰਨ ਸਿੰਘ ਸੰਧੂ। ਪੰਜਾਬ ਦੀ ਚੰਨੀ ਸਰਕਾਰ ਵੱਲੋਂ 5.5 ਰੁਪਏ ਫੁੱਟ ਰੇਤਾ ਵੇਚਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਗੁਰੂ ਹਰਸਾਹਿਬ ਦੇ ਵਿੱਚ ਨਜਾਇਜ਼ ਤੌਰ 'ਤੇ ਇੱਕ ਨਹੀਂ ਸੈਂਕੜੇ ਥਾਵਾਂ 'ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਅੱਜ ਪੱਤਰਕਾਰਾਂ ਦੀ ਟੀਮ ਵੱਖ ਵੱਖ ਰੇਤ ਖੱਡਿਆਂ 'ਤੇ ਪਹੁੰਚੀ ਹੈ, ਜਿੱਥੋਂ ਪੱਤਰਕਾਰਾਂ ਨੂੰ ਵੇਖ ਕੇ ਰੇਤ ਮਾਫੀਆ ਗਰੋਹ ਰਫੂ ਚੱਕਰ ਹੋ ਗਿਆ। ਤੁਸੀਂ ਵੇਖ ਰਹੇ ਹੋ ਵੱਡੇ ਵੱਡੇ 50-50 ਫੁੱਟ ਜਿਹੜੇ ਖੱਡੇ ਲੱਗੇ ਹੋਏ ਅਤੇ ਰੇਤਾ ਨਜਾਇਜ਼ ਭਰ ਕੇ ਚਲਾਈ ਜਾ ਰਹੀ ਹੈ, ਅਤੇ ਇਸ ਦੀ ਮਿਲੀ ਭੁਗਤ ਪ੍ਰਸ਼ਾਸਨ, ਪੁਲਿਸ ਅਫਸਰ ਅਤੇ ਹੋਰ ਰਾਜਨੀਤਿਕ ਆਗੂ ਹਨ। ਅਤੇ ਇਸ ਖੱਡੇ ਦੇ ਵਿੱਚ ਇੰਨੀ ਡੂੰਘੀ ਨਾਲ ਰੇਤਾ ਪੱਟੀ ਜਾ ਰਹੀ ਹੈ ਕਿ ਸਰਕਾਰ ਦੇ ਜਿਹੜੇ ਦਾਅਵੇ ਖੋਖਲੇ ਹੋ ਰਹੇ ਹਨ, ਅਤੇ ਰੇਤ 5.5 ਰੁਪਏ ਪ੍ਰਤੀ ਫੁੱਟ ਦੀ ਥਾਂ 25-30 ਰੁਪਏ ਲੋਕਾਂ ਨੂੰ ਮਿਲ ਰਹੀ ਹੈ। ਰੇਤਾ ਇਸ ਦੇ ਨਾਲ ਨਜਾਇਜ਼ ਵਰਤੋਂ ਦੇ ਨਾਲ ਸੜਕਾਂ ਦਾ ਬੁਰਾ ਹਾਲ ਹੋ ਰਿਹਾ, ਲੋਕ ਵੀ ਤੰਗ ਹਨ। ਆਓ ਤੁਸੀਂ ਵੱਖ ਵੱਖ ਖੱਡੇ ਦੀਆਂ ਵਿਖਾਉਂਦੇ ਹਾਂ ਤਸਵੀਰਾਂ ਜਿੱਥੋਂ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਇੱਥੇ ਨਿਕਾਸੀ ਹੋ ਰਹੀ ਹੈ ਰੇਤ ਦੀ? ਰੇਤ ਤਾਂ ਬਾਈ ਜੀ ਟਰਾਲੀਆਂ ਭਰ ਭਰ ਕੇ ਜਾਈ ਜਾਂਦੇ ਨੇ ਉੱਥੇ ਜੀ। ਕੀ ਇਹ ਖੱਡੇ ਮਨਜ਼ੂਰ ਨੇ? ਇਹ ਨਹੀਂ ਜਨਾਬ, ਪਤਾ ਵੀ ਨਜਾਇਜ਼ ਹੀ ਨੇ ਖੱਡੇ ਤਾਂ। ਕਿੰਨੇ ਖੱਡੇ ਚੱਲ ਰਹੇ ਨੇ? ਖੱਡੇ 5-6 ਚੱਲ ਰਹੇ ਨੇ। ਅਤੇ ਕਿੰਨੀਆਂ ਟਰਾਲੀਆਂ ਰੋਜ਼ਾਨਾ ਜਾ ਰਹੀਆਂ? ਰੋਜ਼ਾਨਾ ਕੋਈ ਰਾਤ ਨੂੰ ਵੀ ਲੈ ਜਾਂਦੇ, ਦਿਨੇ ਵੀ ਲੈ ਜਾਂਦੇ ਨੇ, ਅੰਤ ਗਿਣਤੀ ਹੈ। ਚੰਨੀ ਸਰਕਾਰ ਕਹਿੰਦੀ ਵੀ 5.5 ਰੁਪਏ ਰੇਤਾ ਅਸੀਂ ਦੇ ਰਹੇ ਹਾਂ, ਕੀ ਰੇਤਾ 5.5 ਰੁਪਏ ਮਿਲਦਾ? ਨਹੀਂ ਜੀ, ਇੱਥੇ ਟਰਾਲੀਆਂ ਭਰ ਕੇ ਵੀ ਟਰਾਲੀ ਦੇ ਹਿਸਾਬ ਨਾਲ ਮਿਲਦਾ ਰੇਤਾ, 1800, 1900, 2000 ਤੱਕ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਚਲੋ ਰੇਤਾ ਸਸਤਾ ਹੋਵੇ ਤਾਂ ਸਾਰਿਆਂ ਨੂੰ ਫਾਇਦਾ ਹੋ ਜਾਏਗਾ, ਜ਼ਿਮੀਂਦਾਰਾਂ ਭਰਾਵਾਂ ਨੂੰ। ਸੜਕਾਂ ਦੀ ਵੀ ਜਿਹੜੀਆਂ ਕਹਿ ਰਹੇ ਟੁੱਟਦੀਆਂ? ਸੜਕਾਂ ਤਾਂ ਜਨਾਬ ਜਦੋਂ ਰੇਤਾ ਟੱਪੇਗਾ ਸੜਕਾਂ ਟੁੱਟਣਗੀਆਂ। ਇਹ ਕਿੰਨੇ ਕੁ ਦੇਰ ਦਾ ਕੰਮ ਚੱਲ ਰਿਹਾ? ਨਹੀਂ, ਇਹ ਬਹੁਤ ਚਿਰ ਦਾ ਚੱਲਦਾ ਕੰਮ ਜੀ। ਨਜਾਇਜ਼ ਰੇਤਾ ਜਾਂਦਾ ਇੱਥੋਂ, ਮਹਿੰਗਾ ਮਿਲਦਾ, ਸੜਕਾਂ ਟੁੱਟਦੀਆਂ ਨੇ, ਅਤੇ ਨੁਕਸਾਨ ਹੀ, ਸੜਕ ਕੋਈ ਬਣਾਉਂਦਾ ਨਹੀਂ ਮੁੜ ਕੇ। ਨਹੀਂ, ਚੰਨੀ ਸਰਕਾਰ ਤਾਂ ਕਹਿ ਰਹੀ ਵੀ 5 ਰੁਪਏ 5.5 ਰੁਪਏ ਕੋਈ ਨਹੀਂ, ਉਹ ਕਹੀ ਜਾਵੇ ਮਿਲਦਾ ਨਹੀਂ ਵੈਸੇ, ਇੱਥੇ 2000-2500 ਟਰਾਲੀ ਮਿਲਦੀ ਹੈ। ਕਿੰਨੇ ਖੱਡੇ ਚੱਲਦੇ ਇਸ ਇਲਾਕੇ 'ਚ? ਖੱਡੇ 4-5 ਹੈਗੇ ਆ। ਕੌਣ ਚਲਾ ਰਿਹਾ? ਇਹ ਨਹੀਂ, ਆਪਾਂ ਨਾਂ ਨਹੀਂ ਇਹਨਾਂ ਜਾਣਦੇ, ਨਹਿਰੋਂ ਪਾਰ ਚੱਲਦੇ ਆ। ਅੱਛਾ, ਰੇਤਾ ਰੋਜ਼ਾਨਾ ਹੀ ਮਤਲਬ ਟਰਾਲੀ ਲੰਘਦੀਆਂ? ਰੋਜ਼ਾਨਾ ਹੀ ਲੰਘਦੀਆਂ ਨੇ। ਪੁਲਿਸ ਗੇੜਾ ਨਹੀਂ ਮਾਰਦੀ? ਪੁਲਿਸ ਵੀ ਆਉਂਦੀ, ਕਈ ਨਾਲ ਲੈ ਵੀ ਜਾਂਦੇ ਫੜ ਕੇ, ਬਾਕੀ ਲਿਜਾਂਦੇ ਰੋਜ਼ ਹੀ ਨੇ। ਹੁਣ ਰੇਤੇ ਦੀ ਸਪਲਾਈ ਰੋਜ਼ਾਨਾ ਹੋ ਰਹੀ ਆ? ਹਾਂਜੀ, ਪਹਿਲਾਂ ਵੀ ਸੜਕਾਂ ਟੁੱਟੀਆਂ ਸੀ ਜਦੋਂ ਅਕਾਲੀ ਸਰਕਾਰ ਮਿਲੇ, ਤੇ ਹੁਣ ਫਿਰ ਰੋਡ ਟੁੱਟ। ਹਾਂਜੀ ਹਾਂਜੀ, ਯਾਨੀ ਕੰਮ ਉਵੇਂ ਤਾਂ ਚੱਲੀ ਜਾਂਦਾ? ਹਾਂ, ਉਵੇਂ ਕੰਮ ਚੱਲੀ ਜਾਂਦਾ ਜੀ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਵੀ ਰੇਤਾ ਸਸਤਾ ਮਿਲੇ ਜੀ, ਜ਼ਿਮੀਂਦਾਰ ਸੌਖੇ ਹੋ ਜਾਣ ਸਾਰੇ, ਸੜਕਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ।